ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਰ ਫਾਰਮਰ ਅਤੇ ਅੱਜ ਅਸੀਂ ਹੈਗੇ ਜੀ ਪਿੰਡ ਖੇੜੀ ਵੀਰ ਸਿੰਘ, ਜਿੱਥੇ ਕਿ ਇੱਕ ਪ੍ਰੋਜੈਕਟ ਲੱਗਾ ਹੋਇਆ ਜੀ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਵੇਸਟ ਮੈਨੇਜਮੈਂਟ ਦਾ, ਇੱਕ ਰੁੱਖਾਂ ਵਾਲਾ ਵੀ ਹੈਗਾ, ਉੱਥੇ ਬਾਅਦ 'ਚ ਜਾਵਾਂਗੇ, ਪਹਿਲਾਂ ਵੇਸਟ ਮੈਨੇਜਮੈਂਟ ਦੇ ਉੱਪਰ ਆ ਜੀ। ਅਤੇ ਆ ਜੀ, ਤੁਹਾਡਾ ਨਾਂ ਕੀ? ਮੇਰਾ ਨਾਮ ਬਾਲਮ ਹੈ ਜੀ। ਇਹ ਬਾਲਮ ਇੱਥੇ ਦੇ ਕਰਤਾ ਧਰਤਾ ਹੈ ਜੀ ਵੇਸਟ ਮੈਨੇਜਮੈਂਟ ਦੇ। ਅਤੇ ਇੱਥੇ ਇੱਦਾਂ ਇਹ ਟੋਏ ਪੱਟੇ ਜਾ ਸਕਦੇ ਸੀਮੈਂਟਡ ਦੇ, ਇਹਦੇ ਵਿੱਚ ਵੇਸਟ ਸਿੱਟੀ ਜਾਂਦੀ ਆ ਜਿਹੜੀ ਗਲ ਜਾਂਦੀ ਆ, ਜਿਵੇਂ ਆਪਣੀਆਂ ਬਨਸਪਤੀ ਆ ਜਿਹੜੀ, ਜਿਹਨੂੰ ਅਸੀਂ ਬਨਸਪਤੀ ਕਹਿ ਸਕਦੇ ਹਾਂ, ਜਿਹੜੀ ਗਲਦੀ ਆ ਉਹ ਇੱਥੇ ਉਹਦੀ ਖਾਦ ਬਣਾਈ ਜਾਂਦੀ ਆ। ਆ ਚਾਰ ਅੱਡ ਅੱਡ ਬਲੋਕ ਬਣਾਏ ਹੋਏ ਇਹਨਾਂ ਨੇ ਇਹਦੇ ਵਿੱਚ ਵੇਸਟ ਮੈਨੇਜਮੈਂਟ ਲਈ, ਗਿੱਲੇ ਕੂੜੇ ਲਈ, ਜਿਹਨੂੰ ਗਿੱਲਾ ਕੂੜਾ ਕਹਿ ਸਕਦੇ ਹਾਂ ਜਾਂ ਬਨਸਪਤੀ ਕਹਿ ਸਕਦੇ, ਜਿਹੜੀ ਗਲ ਜਾਂਦੀ ਆ, ਜਿਵੇਂ ਸਬਜ਼ੀਆਂ ਦੇ ਛਿਲਕੇ, ਹੋਰ ਸਵਾਹ, ਹੈ ਨਾ, ਗਲੇ ਸੋਏ ਫਰੂਟ ਸਬਜ਼ੀਆਂ। ਅਤੇ ਇੱਧਰ ਜਿਹੜੀ ਪਲਾਸਟਿਕ ਆ ਉਹ ਅੱਡ ਰੱਖੀ ਜਾਂਦੀ ਆ ਤਾਂ ਕਿ ਇਹਨੂੰ ਰੀਯੂਜ਼ ਕਰਨ ਲਈ ਵੇਚ ਦਿੱਤਾ ਜਾਂਦਾ, ਤਾਂ ਉਹ ਆਪਣਾ ਘਰ ਪਰਿਵਾਰ ਚਲਾਉਂਦੇ ਆ ਇਹਦੇ ਨਾਲ ਵੇਚ ਕੇ। ਅਤੇ ਇਹ ਪ੍ਰੋਜੈਕਟ 200 ਪਿੰਡਾਂ 'ਚ ਜਾ ਚੁੱਕਿਆ ਜੀ, ਅਤੇ 40,000 ਘਰਾਂ ਨੂੰ ਸਿਖਾ ਚੁੱਕੇ ਆ, ਅਤੇ ਹਰੇਕ ਘਰ ਨੂੰ ਦੋ ਦੋ ਬਾਲਟੀਆਂ ਦਿੱਤੀਆਂ ਜਾਂਦੀਆਂ ਆ ਵੱਡੀਆਂ, ਜਿਹਦੇ ਵਿੱਚ ਸੁੱਕਾ ਕੂੜਾ ਜਿਵੇਂ ਕਿ ਪਲਾਸਟਿਕ ਹੋਰ ਵੱਖਰੀ ਕੀਤੀ ਜਾਂਦੀ ਹੈ, ਅਤੇ ਗਿੱਲਾ ਕੂੜਾ ਜਿਹੜਾ ਇੱਥੇ ਜਿਹਦੀ ਖਾਦ ਬਣਾਈ ਜਾਂਦੀ ਆ, ਇਹ ਖਾਦ ਬਣਾ ਕੇ ਅੱਗੇ ਜ਼ਿਮੀਂਦਾਰਾਂ ਨੂੰ ਵੇਚਦੇ ਆ ਔਰਗੈਨਿਕ, ਅਤੇ ਉਹ ਕੀਤਾ ਜਾਂਦਾ ਆ। ਬਹੁਤ ਹੀ ਵਧੀਆ ਪ੍ਰੋਜੈਕਟ ਆ। ਅਤੇ ਬਾਕੀ ਬਾਈ ਹੈਗੇ ਨੇ ਸਾਡੇ ਨਾਲ ਜੋ ਇਹਨਾਂ ਦੇ ਪ੍ਰੋਜੈਕਟ ਦੇ ਮੇਨ ਕਰਤਾ ਧਰਤਾ ਨੇ, ਅਤੇ ਇਹ ਤੁਹਾਨੂੰ ਜ਼ਿਆਦਾ ਡਿਟੇਲ 'ਚ ਦੱਸ ਸਕਦੇ ਆ ਪ੍ਰੋਜੈਕਟ ਐਗਜੈਕਟ ਹੈ ਕੀ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕੰਪੋਸਟ ਪਿੱਟ ਨੇ ਸਾਡੇ, ਜਿੱਥੇ ਮਤਲਬ ਪੰਜਾਬ ਗੌਰਮੈਂਟ ਵੱਲੋਂ ਬਣਾਏ ਜਾਂਦੇ ਨੇ ਸਵੱਛ ਭਾਰਤ ਦੇ ਅੰਡਰ, ਅਤੇ ਰਾਊਂਡ ਗਲਾਸ ਫਾਊਂਡੇਸ਼ਨ ਐਜ਼ ਏ ਇੰਪਲੀਮੈਂਟ ਏਜੰਸੀ ਹੈ ਇਹਦੇ ਵਿੱਚ। ਅਸੀਂ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦੇ ਡਸਟਬਿਨ, ਇੱਕ ਘਰ ਨੂੰ ਅਤੇ ਆਪਣੇ ਰੇਹੜੀ ਪੰਚਾਇਤ ਨੂੰ ਦਿੱਤੀ ਜਾਂਦੀ ਆ। ਅਤੇ ਸਭ ਤੋਂ ਜ਼ਰੂਰੀ ਪਾਰਟ ਆ ਜਿਹੜਾ ਅਵੇਅਰਨੈਸ ਪਾਰਟ, ਜਿਹੜਾ ਲੋਕਾਂ ਨੂੰ ਸਿਖਾਇਆ ਜਾਂਦਾ ਵੀ ਗਿੱਲਾ ਸੁੱਕਾ ਕੂੜਾ ਕੀ ਹੁੰਦਾ, ਅਤੇ ਘਰ ਘਰ ਡਸਟਬਿਨ ਦੇਣ ਤੋਂ ਬਾਅਦ ਉਹ ਦੁਬਾਰਾ ਜਿਹੜਾ ਬੰਦਾ ਉੱਥੇ ਰੱਖਿਆ ਜਾਂਦਾ ਉਹਨੂੰ ਵੀ ਸਮਝਾਇਆ ਜਾਂਦਾ, ਅਤੇ ਘਰ ਵਾਲਿਆਂ ਨੂੰ ਦੁਬਾਰਾ ਦੁਬਾਰਾ ਵੀ ਉਹ ਪਾਉਂਦੇ ਰਹਿਣ, ਸਾਡੀ ਸਾਡੀ ਟੀਮ ਲਗਾਤਾਰ ਘਰ ਘਰ ਜਾਂਦੀ ਆ ਜੀ। ਅਤੇ ਕਿਉਂਕਿ ਵੇਸਟ ਨੂੰ ਮੈਨੇਜਮੈਂਟ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਪੰਜਾਬ ਨੂੰ ਜੇ ਅਸੀਂ ਸੋਹਣਾ ਬਣਾਉਣਾ ਤਾਂ ਵੇਸਟ ਮੈਨੇਜਮੈਂਟ ਬਹੁਤ ਜ਼ਰੂਰੀ ਆ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਇੱਕ ਵਾਰ ਮੈਂ ਆਸਟ੍ਰੇਲੀਆ ਗਿਆ ਸੀਗਾ, ਉੱਥੇ ਨਾ ਇੱਕ ਮੇਰਾ ਦੋਸਤ ਸੀਗਾ, ਉਹ ਕੋਕਾ ਕੋਲਾ ਪੀ ਰਿਹਾ, ਉਹਦੇ ਕੋਲ ਕੈਨ ਡਿੱਗ ਗਿਆ, ਉਹਨੇ ਚੱਕਿਆ ਨਹੀਂ, ਉੱਥੇ ਸੁੱਟ ਕੇ ਆ ਗਿਆ, ਮਤਲਬ ਸੁੱਟ ਦੇ ਡਿੱਗ ਗਿਆ, ਉਹਨੇ ਚੱਕਿਆ ਨਹੀਂ। ਤਾਂ ਪਿੱਛੋਂ ਇੱਕ ਗੋਰਾ ਆਇਆ, ਉਹਨੂੰ ਕਿਹਾ ਕਿ ਭਾਈ ਤੇਰਾ ਕੈਨ ਡਿੱਗ ਗਿਆ, ਚੱਕ ਲਾ ਕੇ। ਅਤੇ ਉਹ ਚੱਕ ਕੇ ਉਹਨੇ ਆਪ ਨਹੀਂ ਚੱਕਿਆ, ਉਹਨੇ ਆਪ ਪਿੱਛਿਓਂ ਚੱਕ ਕੇ ਉਹਨੂੰ ਫੜਾਇਆ ਵੀ ਆਹ ਦੇਖ ਤੁਹਾਡਾ ਤੇਰਾ ਕੈਨ ਡਿੱਗ ਗਿਆ ਸੀਗਾ। ਤਾਂ ਬੇਸ਼ਰਮ ਹੋ ਕੇ ਉਹਨੇ ਬੰਦੇ ਨੇ ਚੱਕ ਫੜ ਲਿਆ ਅਤੇ ਉਹਨੂੰ ਅੱਗੇ ਸੁੱਟਿਆ। ਸੋ ਦੇਖ ਲਓ ਉਹ ਆਪਣੇ ਚੀਜ਼ ਨੂੰ ਕਿੰਨਾ ਪਿਆਰ ਕਰਦੇ ਆ। ਅਸੀਂ ਕਿਤੇ ਵੀ ਕੁਛ ਵੀ ਸੁੱਟ ਕੇ ਚੱਲ ਜਾਂਦੇ ਹਾਂ, ਜੇ ਤੁਸੀਂ ਜਿਹੜੀ ਬਨਸਪਤੀ ਆ, ਹੈ ਨਾ, ਜਿਹੜੀ ਗੜ ਜਾਂਦੀ ਆ ਔਰਗੈਨਿਕ ਜਿਹੜੀ ਚੀਜ਼ ਆ, ਉਹਨੂੰ ਕਿਤੇ ਵੀ ਸੁੱਟਦੇ ਕੋਈ ਪਰੇਸ਼ਾਨੀ ਨਹੀਂ ਹੈਗੀ। ਪਰ ਜਿਹੜੀ ਪਲਾਸਟਿਕ ਆ, ਹੈ ਨਾ, ਤਾਂ ਉਹ ਗਲਦੀ ਨਹੀਂ ਹੈਗੀ, ਉਹਨੂੰ ਅਲੱਗ ਕਰਕੇ ਰੀਯੂਜ਼ੇਬਲ ਬਣਾਉਣਾ ਜ਼ਰੂਰੀ ਆ। ਰੀਯੂਜ਼ ਹੋ ਜਾਂਦੀ ਹੈ ਕਿਉਂਕਿ ਇਹ ਰੀਸਾਈਕਲ ਹੋ ਜਾਂਦੀ ਹੈ, ਤਾਂ ਉਹਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਆ। ਸੋ ਐਵੇਂ ਇਸ ਫਾਊਂਡੇਸ਼ਨ, ਰਾਊਂਡ ਗਲਾਸ ਫਾਊਂਡੇਸ਼ਨ ਦਾ ਸਾਥ ਦਿਓ, ਅਤੇ ਸਾਨੂੰ ਅਸੀਂ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸੋਹਣਾ ਬਣਾ ਸਕੀਏ, ਕਿਉਂਕਿ ਸਾਡਾ ਪੰਜਾਬ ਬਹੁਤ ਸੋਹਣਾ ਹੈ ਜੀ। ਸੋ ਆਪਾਂ ਚੱਲਦੇ ਅੱਗੇ ਜਿੱਥੇ ਇਹਨਾਂ ਨੇ ਝੀੜੀ ਬਣਾਈ ਹੋਈ ਆ, ਪੰਜਾਬ ਦੇ ਜਿਹੜੇ ਅਥੈਂਟਿਕ ਰੁੱਖ ਨੇ, ਜਿਹੜੇ ਪੰਜਾਬ ਦੇ ਅਸਲੀ ਰੁੱਖ ਨੇ, ਜਿਵੇਂ ਅਸੀਂ ਪੰਜਾਬ ਦੇ ਅਸਲੀ ਬਛਿੰਦੇ ਹਾਂ, ਉਵੇਂ ਪੰਜਾਬ ਦੇ ਰੁੱਖ ਵੀ ਹੈਗੇ ਨੇ, ਤਾਂ ਉਹ ਦਿਖਾਉਂਦੇ ਹਾਂ। ਸੋ ਇੱਕ ਗਰਾਊਂਡ ਚੱਲਦੇ ਹਾਂ, ਸਾਰਾ ਕੁਝ ਦੇਖਦੇ ਹਾਂ ਨਾ ਪ੍ਰੋਜੈਕਟ ਵੱਲੋਂ, ਕਾਬਲੇ ਤਾਰੀਫ ਪ੍ਰੋਜੈਕਟ ਚੱਲ ਰਿਹਾ ਜੀ, ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣੀਏ, ਅਤੇ ਚਲੋ ਅੱਗੇ ਚੱਲਦੇ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਰਪ ਫਿਰ ਆ ਗਿਆ, ਅਤੇ ਇਹ ਹੈ ਜੀ
ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਛੋਟਾ ਜਿਹਾ ਜੰਗਲ ਜਿਹੜਾ ਇਹਨਾਂ ਦਾ ਪ੍ਰੋਜੈਕਟ ਸੀਗਾ ਉਹਦੇ ਪਹਿਲੇ ਦਸਾਂ ਵਿੱਚ ਇੱਕ ਸੀਗਾ, ਰੈਂਡਮ ਜੰਗਲ ਜਿਹਾ ਬਣਾਇਆ ਛੋਟਾ ਜਿਹਾ। ਇੱਥੇ ਸਿਰਫ ਪੰਜਾਬ ਦੇ ਹੀ ਪੁਰਾਣੇ ਦਰੱਖਤ ਨੇ, ਜਿਵੇਂ ਆ ਇੱਥੇ ਪਤਾ ਲੱਗਾ ਕਣਕ ਚੰਪਾ, ਉਹ ਇੱਕ ਉਹ ਮਹਿੰਦੀ ਆ, ਅਰਜਣ ਆ, ਪਿੱਪਲ ਆ, ਕਿੱਕਰਾਂ ਆ, ਸਰੀ ਆ, ਹੈ ਨਾ, ਅਤੇ ਉਹ ਚੰ ਸਿੰਬਲ ਵੀ ਹੈਗਾ ਆ, ਅਰਜਣ ਦੇ ਵੀ ਹੈਗੇ ਆ, ਆਹ ਮੁਰਿੰਗਾ ਵੀ ਆ ਦੇਖੋ, ਸੁਹਾਂਜਣਾ ਮੁਰਿੰਗਾ, ਇਹ ਰੋਜ਼ ਖਾ ਸਕਦੇ ਆ ਤੁਸੀਂ, ਇਹ ਕੈਲਸ਼ੀਅਮ ਇਹਦੇ 'ਚ ਬਹੁਤ ਜ਼ਿਆਦਾ, ਦੁੱਧ ਤੋਂ ਕਹਿੰਦੇ ਜ਼ਿਆਦਾ ਕੈਲਸ਼ੀਅਮ ਆ, ਅਤੇ ਆਕਸੀਜਨ ਪਿਓਰ ਕਰਦਾ ਆ, ਸਾਹ ਇਹਦੇ ਕੋਲ ਲੈ ਸਕਦੇ ਆਪਾਂ, ਕਹਿੰਦੇ ਵਧੀਆ ਪਿਓਰ ਆਕਸੀਜਨ ਕਰਦਾ। ਅਤੇ ਇਹਦੇ ਨਾਲ ਵੈਸੇ ਮੈਂ ਘਰ ਪਿੰਡ ਸੀਗਾ ਤਾਂ ਪੱਤਿਆਂ ਵਿੱਚ ਪਾ ਕੇ ਪਰੌਂਠਿਆਂ 'ਚ ਪਾ ਕੇ ਖਾਂਦਾ ਰਹਿੰਦਾ ਮੈਂ, ਚਾਹ ਵੀ ਬਣਾ ਕੇ ਪੀ ਸਕਦੇ ਇਹਦੀ ਗ੍ਰੀਨ ਟੀ, ਵੈਸੇ ਸ਼ਹਿਰਾਂ 'ਚ ਤਾਂ ਮਹਿੰਗੀ ਮਿਲਦੀ, ਐਸੇ ਇੱਥੇ ਉਹ ਫ੍ਰੀ 'ਚ ਹੀ ਆ, ਹੁਣ ਤੂੰ ਤੋੜ ਕੇ ਲੈ ਕੇ ਜਾ ਸਕਦੇ ਹਾਂ, ਹੈ ਨਾ। ਸੋ ਮੈਂ ਲੈ ਹੀ ਜਾਵਾਂ, ਮੈਨੂੰ ਚਾਹੀਦੇ ਆ, ਹੈ ਨਾ। ਅਤੇ ਤੁਸੀਂ ਵੀ ਆਪਣੇ ਪਿੰਡਾਂ 'ਚ ਜਿਹੜੀ ਤੁਹਾਡੇ ਕੋਲ ਵਾਧੂ ਜਗ੍ਹਾ ਆ ਉੱਥੇ ਜੰਗਲ ਬਣਾਓ। ਇਹ ਫ੍ਰੀ ਆਫ ਕੋਸਟ ਤੁਹਾਨੂੰ ਪੰਜਾਬ ਦੇ ਜਿਹੜੇ ਪੁਰਾਣੇ ਰੁੱਖ ਨੇ, ਅਸਲੀ ਪੰਜਾਬ ਦੇ ਰੁੱਖ ਨੇ, ਉਹ ਮੁਹੱਈਆ ਕਰਾਉਣਗੇ। ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। ਤਾਂ ਇਹਨਾਂ ਦੀ ਨਰਸਰੀ ਆ ਲੰਘ 'ਚ, ਲੰਘ ਪਿੰਡ ਵਿੱਚ, ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ। ਇਸ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਸੰਪਰਕ ਨੰਬਰ ਮਿਲ ਜਾਊਗੇ। ਜਿੱਥੇ ਕਿਤੇ ਵੀ ਤੁਹਾਡੇ ਕੋਲ ਸਪੇਸ ਆ ਪੰਜਾਬ ਦੇ ਵਿੱਚ, ਵੱਧ ਤੋਂ ਵੱਧ ਜੰਗਲ ਬਣਾਓ, ਜਿਹੜੀ ਪਈ ਆ ਅਸੀਂ ਜੰਗਲ ਬਣਾ ਸਕਦੇ ਹਾਂ, ਅਤੇ ਅਸੀਂ ਹੋਰ ਆਪਣੀ ਹਵਾ ਪਾਣੀ ਨੂੰ ਸ਼ੁੱਧ ਕਰ ਸਕਦੇ ਹਾਂ। ਸੋ ਜ਼ਰੂਰੀ ਆ ਜੀ, ਬਣੇ ਰਹੋ ਅਗਲੀ ਜਗ੍ਹਾ ਲਈ, ਜਿੱਥੇ ਅਸੀਂ ਸਰੀਰ ਤਕੜੇ ਕਰਨੇ ਆ ਉੱਥੇ ਚੱਲਦੇ ਹਾਂ। ਧੰਨਵਾਦ। ਇਹ ਹੈਗਾ ਜੀ ਗਰਾਊਂਡ, ਜਿਹੜੀ ਕਿ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਪੰਚਾਇਤ ਦੀ ਮਦਦ ਕੀਤੀ, ਉਹਨਾਂ ਨੇ ਕੋਲੈਬੋਰੇਸ਼ਨ 'ਚ ਆਏ ਪ੍ਰੋਜੈਕਟ, ਇਹਨਾਂ ਦਾ ਪਹਿਲਾ ਆਇਆ ਪ੍ਰੋਜੈਕਟ ਇਹ। ਇੱਥੇ ਫੁੱਟਬਾਲ ਗਰਾਊਂਡ ਆ, ਟਰੈਕ ਆ, ਅਤੇ ਸਾਹਮਣੇ ਟੈਨਿਸ ਕੋਰਟ ਆ, ਅਤੇ ਬਾਸਕਟਬਾਲ ਕੋਰਟ ਬਣਾਈ ਹੋਈ ਆ, ਜਿੱਥੇ ਅਸੀਂ ਪੰਜਾਬ ਦਿਆਂ ਨੇ ਜੁੱਸੇ ਤਕੜੇ ਕਰਨੇ ਆ, ਹੈ ਨਾ। ਤਾਂ ਸਭ ਤੋਂ ਵਧੀਆ ਫੁੱਟਬਾਲ ਗਰਾਊਂਡ, ਕਿਉਂਕਿ ਮੈਂ ਫੁੱਟਬਾਲ ਵਾਲਾ ਬੰਦਾ, ਮੈਨੂੰ ਫੁੱਟਬਾਲ ਖੇਡਣਾ ਆਉਂਦਾ, ਥੋੜ੍ਹਾ ਬਾਹਲਾ ਨਹੀਂ ਆਉਂਦਾ, ਨੰਗੇ ਪੈਰੀ ਫੁੱਟਬਾਲ ਖੇਡਦਾ ਮੈਂ। ਸੋ ਅਸੀਂ ਜੁੜੀਏ, ਆਪਣੇ ਪੰਜਾਬ ਨੂੰ ਸੋਹਣਾ ਬਣਾਈਏ, ਅਤੇ ਤੁਸੀਂ ਵੱਧ ਤੋਂ ਵੱਧ ਰਾਊਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰੋ। ਅਤੇ ਜਿਹੜਾ ਬੰਦਾ ਪਿੰਡ ਪੱਧਰ 'ਤੇ ਉੱਠ ਕੇ ਆਪਣੇ ਪਿੰਡ ਨੂੰ ਆਪਣੇ ਆਪ 'ਚ ਉੱਠ ਕੇ ਕਹਿ ਸਕਦੇ ਹਾਂ, ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦਾ ਆ, ਆਪਣੇ ਪਿੰਡ ਦਾ ਕੂੜਾ ਕਰਕਟ ਵੇਸਟ ਮੈਨੇਜਮੈਂਟ 'ਤੇ ਰੁੱਖ ਬਣਾਉਣਾ, ਰੁੱਖ ਜੰਗਲ ਬਣਾਉਣਾ ਚਾਹੁੰਦਾ ਆ, ਸੋ ਰਾਊਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰ ਸਕਦੇ ਆ, ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਹੋਰ ਸੋਹਣਾ ਬਣਾ ਸਕੀਏ, ਕਿਉਂਕਿ ਅਸੀਂ ਭੱਜੀਏ ਨਾ ਇੱਥੋਂ, ਅਸੀਂ ਆਪਣੇ ਪੰਜਾਬ ਨੂੰ ਸੋਹਣਾ ਬਣਾ ਸਕੀਏ, ਬਹੁਤ ਸੋਹਣਾ, ਕਿਉਂਕਿ ਸਾਡਾ ਪੰਜਾਬ ਬਹੁਤ ਸੋਹਣਾ ਆ। ਜੇ ਅਸੀਂ ਆ ਜਿਹੜੀਆਂ ਸੜਕਾਂ 'ਤੇ ਪਲਾਸਟਿਕ ਜਾਂ ਆਹ ਚੀਜ਼ਾਂ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ, ਇੱਕ ਇਹਨੂੰ ਹੋਰ ਬਣਾ ਦਈਏ ਤਾਂ ਹੋਰ ਸੋਹਣਾ ਹੋ ਜਾਊਗਾ। ਤੁਸੀਂ ਦੇਖ ਸਕਦੇ ਹੈ ਪੰਜਾਬ ਕਿੰਨਾ ਸੋਹਣਾ ਆ, ਸਨ ਛੁੱਪ ਰਿਹਾ, ਬੱਦਲ ਹੋਇਆ ਪਿਆ, ਦੂਰ ਦੂਰ ਤੱਕ ਰੋਕਿਆ, ਫੈਸੀਨੇਟਿੰਗ ਹੈ ਇਹ, ਤੁਹਾਨੂੰ ਖਿੱਚਦੇ ਆ ਇਹ। ਸੋ ਉਵੇਂ ਬਣੋ ਪੰਜਾਬ ਦੇ ਜੋ ਅਸੀਂ ਪੰਜਾਬ ਦੇ ਹੈਗੇ ਹਾਂ, ਹੈ ਨਾ। ਧੰਨਵਾਦ, ਜੁੜੇ ਰਹੋ ਰਾਊਂਡ ਗਲਾਸ ਫਾਊਂਡੇਸ਼ਨ। ਧੰਨਵਾਦ।